ਨਮਸਤੇ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੇਵ ਸਿੱਧੂ, ਲੈ ਕੇ ਹਾਜ਼ਰ ਤੁਹਾਡਾ ਆਪਣਾ ਟੀਵੀ ਰਾਬਤਾ ਟੀਵੀ। ਗੱਲ ਕਰਾਂਗੇ ਮੂਵੀ ਰੌਕੀ ਮੈਂਟਲ ਦੀ। ਰੌਕੀ ਮੈਂਟਲ ਮੂਵੀ ਵਿਕਰਮ ਥੋਰੀ ਜੀ ਨੇ ਡਾਇਰੈਕਟ ਕੀਤੀ ਹੈ ਅਤੇ ਸੰਜੇ ਸਾਨੀ ਜੀ ਨੇ ਸਟੋਰੀ ਲਿਖੀ ਹੈ। ਬਹੁਤ ਹੀ ਅੱਛੀ ਮੂਵੀ ਜਿਨ੍ਹਾਂ ਦੇ ਵਿੱਚ ਕਾਸਟ ਕੀਤਾ ਐਜ਼ ਅ ਮੇਨ ਲੀਡ ਸਾਡੇ ਪਰਮੀਸ਼ ਵਰਮਾ। ਪਰਮੀਸ਼ ਵਰਮਾ ਨਾਮ ਹੀ ਕਾਫੀ ਹੈ ਤੁਹਾਡੇ ਸਾਰਿਆਂ ਦੇ ਚਹੇਤੇ, ਸਾਡੇ ਵੀਡੀਓ ਡਾਇਰੈਕਟਰ, ਸਾਡੇ ਐਕਟਰ, ਸਾਡੇ ਮਾਡਲ ਪੰਜਾਬੀ ਇੰਡਸਟਰੀ ਦੇ ਉੱਤੇ ਛਾਏ ਹੋਏ ਨੇ। ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਦੇਣ ਹੈ ਪੰਜਾਬੀ 뮤직 ਇੰਡਸਟਰੀ ਨੂੰ ਵੀਡੀਓਜ਼ ਦੀ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਐਜ਼ ਅ ਵੀਡੀਓ ਡਾਇਰੈਕਟਰ। ਬਹੁਤ ਹੀ ਅੱਛਾ ਉਹਨਾਂ ਨੇ ਜਿਹੜਾ ਨਾਮ ਕਮਾਇਆ ਵੀਡੀਓ ਇੰਡਸਟਰੀ ਦੇ ਵਿੱਚ। ਬਹੁਤ ਹੀ ਅੱਛੀ ਖੂਬਸੂਰਤ ਜਿਹੜੀ ਸਕਰੀਨਿੰਗ ਕਰਦੇ ਨੇ, ਜਿਹੜੀ ਫਿਲਮਿੰਗ ਕਰਦੇ ਨੇ, ਸੋ ਉਸ ਦੇ ਨਾਲ ਹੀ ਨਾ ਹੁਣ ਉਹ ਤੁਹਾਡੇ ਨੂੰ ਵੱਡੇ ਪਰਦੇ ਦੇ ਉੱਤੇ ਨਜ਼ਰ ਆਉਣਗੇ ਰੌਕੀ ਮੈਂਟਲ ਦੇ ਨਾਲ। ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਬਲੈਕ ਟਾਊਨ ਹੋਇਸ ਦੇ ਵਿੱਚ, ਜਿੱਥੇ ਰੌਕੀ ਮੈਂਟਲ ਦਾ ਪਹਿਲਾ ਸ਼ੋਅ ਹੈ। ਉਸ ਤੋਂ ਬਾਅਦ ਲੋਕਾਂ ਦੇ ਰਿਵਿਊ ਲਵਾਂ, ਜਾਣਾਂਗੇ ਕਿ ਰੌਕੀ ਮੈਂਟਲ ਕਿੰਨੀ ਕੁ ਲੋਕਾਂ ਦੀ ਕਸੌਟੀ ਦੇ ਉੱਤੇ ਖਰੀ ਉਤਰਦੀ ਹੈ। ਮੁੰਡੇ ਦਾ ਕੀ ਨਾਂ ਦੱਸਿਆ? ਰੌਕੀ ਕੀ? ਮੈਂਟਲ ਜਾ ਰਹੀ ਹੋ ਇੰਡੀਆ ਕੈਂਪ ਆ, ਤੇਰੇ ਪਿੰਡ ਦਾ ਅਖਾੜਾ ਨਹੀਂ, ਇੱਥੇ ਪਲੇਅਰ ਮੁਲਕ ਲਈ ਤੇ ਰੋਜ਼ਗਾਰ ਲਈ ਖੇਡਦੇ ਆ। ਮੇਰਾ ਵੀਰ ਪਰਮੇਸ਼ ਭਾਈ ਦੀ ਆਪਣੇ ਸਿਡਨੀ ਨੂੰ ਰੈਪ੍ਰੈਜ਼ੈਂਟ ਕਰਦੇ ਹੋਏ ਭਾਈ 8 ਸਾਲ ਪੁਰਾਣੀ ਯਾਰੀ ਆ ਭਾਈ, ਮੇਰਾ ਅੱਗਾ ਤੇਰਾ, ਅਤੀਤ ਤੇਰਾ, ਫੈਸਲੇ ਯਾਰੀਆਂ ਸਭ ਉੱਪਰ ਤਾਂ ਤੇਰਾ ਹੀ ਹੱਕ। That was really brilliant. Can't wait for the next one. Wow, thank you so much. ਮੇਰੀ ਜਾਨ ਤਾਂ ਮੇਰੀ ਰਹਿਣ ਦੇ। ਕਿਹੜੇ ਨਹੀਂ ਮੇਰੇ ਹੱਥ ਨਾ ਲਾ ਮੈਨੂੰ। ਔਸਮ ਮੂਵੀ, ਪਰਮੇਸ਼ ਵੀਰੇ ਨੂੰ ਬਹੁਤ ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨ। ਤੂੰ ਇਸ ਕੈਂਪ ਦੇ ਲਾਇਕ ਨਹੀਂ, ਜਾ ਕੇ ਪਾਰਕਾਂ ਕਾਲਜਾਂ 'ਚ ਆਪਣਾ ਚਟਪਣਾ ਵਿਖਾ, ਦਫਾ ਹੋ ਜਾ ਇੱਥੋਂ। ਬਹੁਤ ਵਧੀਆ, ਬਹੁਤ ਘੈਂਟ ਜੀ ਸਿਰਾ ਮੂਵੀ ਪਰਮੇਸ਼ਰ। ਦੈਟਸ ਵੈਰੀ ਗੁੱਡ। ਬਾਕਸਰ, ਗੈਂਗਸਟਰ ਜਾਂ ਰੇਪਿਸਟ, ਇਸ ਵਕਤ ਤੁਹਾਡੇ ਤੇ ਕਿਹੜਾ ਕਿਰਦਾਰ ਸਭ ਤੋਂ ਵਧਾਵੀ ਹੈ? ਸੋਹਣੀ ਵਿਜੀ ਮੂਵੀ ਆ ਪਰਮੇਸ਼ ਵਰਮੇ ਦਾ, ਆਪਾਂ ਅੱਗੇ ਫੈਨ ਆ ਉਹਦੇ ਵਾਂਗੂ, ਬਾਈ ਦੇ ਵਾਂਗੂ ਸਟਾਈਲ ਰੱਖਿਆ ਹੈ। ਚਿਹਰੇ ਉੱਤੇ ਨਮੋਸ਼ੀ ਨਾ ਅੱਖਾਂ ਚੱਪਸੋ, ਕੁਝ ਇਸ ਕਦਰ ਦੇ ਹਾਵ ਭਾਵ ਸਨ ਮੁਜਰਮ ਰੌਕੀ। ਬਹੁਤ ਵਧੀਆ ਮੂਵੀ ਲੱਗੀ ਪਰਮੇਸ਼ਰ ਨੇ, ਧੱਕ ਪਾ ਦੀ ਵੀਰੇ ਧੱਕ। ਤਾਂ ਲੱਗੀ ਨਹੀਂ ਸੀ ਪਰਮੇਸ਼ ਵਰਮਾ ਦੀ ਪਹਿਲੀ ਮੂਵੀ ਆ, ਵਾਸ ਅ ਗੁੱਡ ਮੂਵੀ। ਬਹੁਤ ਅੱਛੀ ਮੂਵੀ ਸੀ। ਬਾਲੇ ਪਿਆਰਾ ਲੱਗਦਾ। ਹਾਂਜੀ, ਬਹੁਤ ਵਧੀਆ ਲੱਗੀ ਜੀ ਮੂਵੀ ਸਾਨੂੰ ਜੀ, ਬੰਦੇ ਨੇ ਬਹੁਤ ਮਿਹਨਤ ਕੀਤੀ ਹੈ ਜੀ, ਅਸੀਂ ਪੂਰਾ ਇੰਜੋਏ ਕੀਤਾ ਮੂਵੀ ਦਾ ਜੀ। ਵੈਰ ਰੌਕੀ ਕੋ ਸੱਜਰੀ ਮਸ਼ੂਕ ਨੇ ਜਿਹਨੂੰ ਖੇਡ ਖੂਡ ਕੇ ਦਵਾਟੇ ਛੱਡਦਾ, ਵੈਰ ਨਾਲ ਤਾਂ ਜੱਟ ਲਾਵਾ ਲੈਂਦਾ। ਬਹੁਤ ਵਧੀਆ ਮੂਵੀ ਹੈ, ਪਰਮੇਸ਼ ਦਾ ਕੰਫੀਡੈਂਸ ਵੇਖ ਕੇ ਲੱਗਦਾ ਹੈ ਕਿ ਬਹੁਤ ਅੱਗੇ ਤੱਕ ਜਾਏਗਾ। ਤੇ ਰਹਿੰਦੀ ਉਮਰ ਤੱਕ ਨਹੀਂ ਪਾਉਂਦਾ। ਕੈਮਰਿਆਂ ਤੇ ਚਮਕਾਰਿਆਂ 'ਚ ਸ਼ਿਕਾਰ ਨਹੀਂ ਖੇਡੀ। ਕਸ਼ਮੀਰੇ ਸੀਰੀਅਸਲੀ ਬਹੁਤ ਵਧੀਆ ਮੂਵੀ ਆ, ਬਹੁਤ ਇੰਜੋਏ ਕੀਤਾ, ਰੱਬ ਕਰੇ ਸੁਪਰ ਡੁਪਰ ਹਿੱਟ ਜਾਵੇ। ਫਿਰ ਗਿੱਲਾਂ ਦੇ ਲਹੂ ਡੋਲਣ ਵਾਲੇ ਦਾ ਮੈਂ ਤੁੱਕਾ ਤੁੱਕਾ ਲਹੂ ਵਹਾਉਣਾ ਸੀ। ਬਹੁਤ ਹੀ ਵਧੀਆ ਮੂਵੀ ਹੈ ਜੀ, ਸਿਰਾ ਹੀ ਲਾਇਆ ਪਿਆ ਵੀਰੇ ਤੁਸੀਂ। ਤੇਰੇ ਤੋਂ ਬਗੈਰ ਚੰਨਾ ਜੱਚਦੀ ਨਾ ਮੈਂ, ਤੇਰੇ ਕੋਲੋਂ ਦੂਰ ਹੋ ਕੇ ਕੱਖ ਦੀ ਨਾ ਮੈਂ, ਲੱਭ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪੁਗਾਉਣ ਦਾ। ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ।